ਕਿ ਵੀ ਅਸਾਂ ਤਾਂ ਸੋਚਿਆ ਸੀ ਕਿ ਆਪਦਾ ਘੜੇ ਪੀਰਾਂ ਦੇ ਦਰਬਾਰ ਹੀ ਮੁਕਾਮੀ ਨਹੀਂ ਹੈ ਕੋਈ ਹਸਨ ਮੁਕਾਮੀ ਥਾਣੇ ਹਸਨ ਪਰ ਇਸ ਇੱਥੇ ਆਇਆਂ ਦਾ ਪਤਾ ਲਗਾ ਕਿ ਬੇਸਿਕਲੀ ਇਹ ਜਿਹੜੇ ਸ੍ਰੀਨਗਰ ਤੋਂ ਆਏ ਸਨ ਮਾਸ਼ਾਅੱਲਾ ਜਿਹੜਾ ਇਹਨਾਂ ਬੜੀ ਦਾੜੀ ਮਹਿੰਦੀ ਸ਼ਿੰਦੀ ਲਾਈ ਦਿੰਦਾ ਮਾਸ਼ਾਅੱਲਾ ਨੌਰਾਨੀ ਚਿਹਰਾ ਚਲੋ ਪੁਰਾਣਾ ਜ਼ਮਾਨਾ ਸੀ ਤਾਂ ਉਸ ਲਈ ਜੋ ਕਿ ਨਾਂ ਅੱਗੇ ਚੱਲਣਾ ਸੀ ਨਾ ਉਹ ਵੀ ਨਾਂ ਰੱਖੀ ਹੋਈ ਸੀ ਅੱਛਾ ਅੱਛਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਇਬਤਦਾ ਜੀ ਉਸ ਰੱਬ ਨੇ ਨਾਂ ਤੋਂ ਜਾਂ ਦਿਲਾਂ ਰਾਜ਼ ਖੂਬ ਜਾਣਨਾ ਆ ਉਮੀਦ ਹੈ ਸਾਰੇ ਪਿੰਡਾਂ ਭਰਾ ਠੀਕ ਠਾਕ ਹੋਸੋ ਖੁਸ਼ਬਾਸ਼ ਹੋਸੋ ਅਤੇ ਅੱਲਾਹ ਤਾਲਾ ਨੇ ਇਫਜ਼ੋ ਅਮਾਨ ਵਿੱਚ ਹੋਸੋ ਜੀ ਕਸ਼ਮੀਰੀ ਵਲੋਗਰ ਹਾਜ਼ਰ ਹੈ ਇੱਕ ਦਫ਼ਾ ਫਿਰ ਖੂਬਸੂਰਤ ਜਿਹਾ ਵਲੋਗ ਕਿ ਨਹੀਂ ਤਾਂ ਅੱਜ ਜਿਸ ਗ੍ਰਾਂ 'ਚ ਅਸੀਂ ਮੌਜੂਦ ਹਾਂ ਇਹ ਹਦਮਾਬਾਦ ਨਾ ਛੋਟਾ ਜਿਹਾ ਬੜਾ ਖੂਬਸੂਰਤ ਗ੍ਰਾਂ ਆ ਅਤੇ ਗ੍ਰਾਂ ਵੀ ਖੂਬਸੂਰਤ ਆ ਅਤੇ ਇਸ ਦਾ ਨਾਮ ਵੀ ਬੜਾ ਖੂਬਸੂਰਤ ਆ ਗਨਚੋਰ ਇੱਥੇ ਅਸੀਂ ਅੱਜ ਮੌਜੂਦ ਹਾਂ ਅਤੇ ਜਿਹੜਾ ਗਨਚੋਰ ਨਾ ਐਂਡ ਪੁਆਇੰਟ ਆ ਵੈਸੇ ਅੰਕਰ ਅਤੇ ਹਦਮਾਬਾਦ ਕੀ ਜਿਹੜਾ ਸੈਪਰੇਟ ਕਰਨਾ ਆ ਇੱਥੋਂ ਸਾਡੀ ਫਰੰਟ ਸਾਈਡ ਜਿਹੜੀ ਹੈ ਇਹ ਅੰਕਰ ਹੈ ਬੈਕ ਸਾਈਡ ਹਦਮਾਬਾਦ ਅਤੇ ਹਦਮਾਬਾਦ ਦੇ ਅੰਦਰ ਗਨਚੋਰ ਹੈ ਜੁਲੇ ਹਾਂ ਗਨਚੋਰ ਨਾਲ ਗ੍ਰਾਮ ਵੀ ਫਿਰਨੇ ਹਾਂ ਅਤੇ ਨਾਲ ਹੀ ਜਿਹੜੀ ਨਾਂ ਆ ਇਸ ਲਈ ਅਸੀਂ ਕੋਸ਼ਿਸ਼ ਕਰ ਸਾਂ ਅਗਰ ਕੋਈ ਬੰਦਾ ਲੱਭਿਆ ਤਾਂ ਉਸ ਕੋਲ ਪਤਾ ਲੱਗੀ ਜਾਏ ਇਸਕੀ ਗਨਚੋਰ ਕੀ ਆਖਣੇ ਨਾਂ ਵੀ ਜਾਂ ਸਹੀ ਗਏ ਤਾਂ ਪੁੱਛਾਂ ਕਿ ਗਨ ਚੋਰ ਆ ਗੰਜ ਚੋਰ ਆ ਗਨ ਜੋਰ ਆ ਜਾਂ ਕਿਆ ਚੀਜ਼ ਹੈ ਅਸਾਂ ਤਾਂ ਵੈਸੇ ਮੁਕਾਮੀ ਇੱਕ ਦੋ ਬੰਦਿਆਂ ਕੋਲ ਸੁਣਿਆ ਕਿ ਗਨ ਚੋਰ ਆ ਤੇ ਬਾਕੀ ਹੁਣ ਜੁਲੇ ਆ ਗਿਆ ਤਾਂ ਗ੍ਰਾਂ ਫਿਰਨੇ ਆ ਤਾਂ ਤੁਸੀਂ ਕੀ ਵਿਜ਼ਿਟ ਕਰਾਉਣੇ ਆ ਜੀ ਪਿੰਡ ਦਾ ਭਰਾਓ ਜੈਸਾ ਕਿ ਤੁਸੀਂ ਬਾਈ ਰਹੇ ਸੀ ਕਿ ਅਸੀਂ ਵਿਜ਼ਿਟ ਕਰੀ ਰਹੇ ਹਾਂ ਗਨਚੋਰ ਨਾਲ ਤਾਂ ਜੂੰ ਹੀ ਅਸੀਂ ਮੇਨ ਰੋਡ ਗੁਜ਼ਰਨੇ ਸੀ ਤਾਂ ਇੱਕ ਦਰਬਾਰ ਨਜ਼ਰ ਆਈ ਹੈ ਅਤੇ ਅਸਾਂ ਵੀ ਫਿਰ ਅਕੀਦਤਮੰਦ ਲੋਕ ਹਾਂ ਅਤੇ ਅਸਾਂ ਫਿਰ ਆਖਣੇ ਕਿ ਜਿੱਥੇ ਦਰਬਾਰ ਮਿਲਣੀ ਅਸਾਂ ਜ਼ਰੂਰ ਸਲਾਮ ਵੀ ਕਰਨਾ ਦੁਆ ਤਾਂ ਚਲੋ ਇੱਥੋਂ ਹੀ ਬੰਦਾ ਮੰਗੀ ਸਕਣਾ ਪਰ ਇਹ ਕਿ ਬੰਦੇ ਕਿ ਪਤਾ ਵੀ ਪਿਆ ਕਿ ਘੜੇ ਵਲੀ ਪੀਰ ਇੱਥੇ ਜਿਹੜਾ ਨਹੀਂ ਮਦਫੂਨ ਹੈ ਦਰਬਾਰ ਪਰ ਪਹੁੰਚ ਗਏ ਹਾਂ ਤਾਂ ਦੁਆ ਸ਼ਾ ਮੰਗੀ ਰਹੇ ਹਾਂ ਹੁਣ ਅਸਾਂ ਤੁਹਾਨੂੰ ਕੀ ਦੱਸਣਾ ਜਿਹੜੀ ਅਸਾਂ ਕਿ ਵੀ ਅਸਾਂ ਤਾਂ ਸੋਚਿਆ ਸੀ ਕਿ ਆਪਦਾ ਘੜੇ ਪੀਰਾਂ ਦੀ ਦਰਬਾਰ ਹੀ ਮੁਕਾਮੀ ਨਹੀਂ ਹੈ ਕੋਈ ਹਸਨ ਮੁਕਾਮੀ ਥਾਣੇ ਹਸਨ ਪਰ ਇਸ ਇੱਥੇ ਆਇਆਂ ਦਾ ਪਤਾ ਲਗਾ ਕਿ ਬੇਸਿਕਲੀ ਇਹ ਜਿਹੜੇ ਸ੍ਰੀਨਗਰ ਤੋਂ ਆਏ ਸਨ ਤਰੇ ਫੈਮਿਲੀ ਨੇ ਬੰਦੇ ਜਿਹੜਾ ਨਹੀਂ ਉਹ ਇੱਥੇ ਮਦਫੂਨ ਹੈ ਤਾਂ ਸਭ ਤੋਂ ਬੜੇ ਜਿਹੜਾ ਨਹੀਂ ਸੈਯਦ ਮਕਬੂਲ ਸ਼ਾਹ ਸਾਹਿਬ ਜਾਇ ਪੈਦਾਸ਼ ਇਹਨਾਂ ਨੇ ਸ੍ਰੀਨਗਰ ਨਹੀਂ ਹੈ ਤਾਂ ਇਹਨਾਂ ਨੇ ਅੱਗੇ ਮੁੜੀ ਬੇਟੇ ਸਨ ਸੈਯਦ ਮੁਹੰਮਦ ਸ਼ਾਹ ਤਾਂ ਮੁੜੀ ਇਹਨਾਂ ਨੇ ਅੱਗੋਂ ਬੇਟੇ ਹਫੀਜ਼ ਉੱਲਾ ਬੁਹਾਰੀ ਤਾਂ ਸਭ ਤੋਂ ਆਹੋ ਕਿ ਹਫੀਜ਼ ਉੱਲਾ ਬੁਹਾਰੀ 2009 ਵਿੱਚ ਇਹਨਾਂ ਦੀ ਜਾਣੀ ਡੈਥ ਹੋਈ ਹੈ ਤਾਂ ਸਭ ਤੋਂ ਪਹਿਲੇ 1965 ਵਿੱਚ ਕਾਫੀ ਅਰਸੇ ਨੀ ਜਦ ਮਿੱਟੀ ਦੇਖੀ ਦੋਣੇ ਟੈ ਜਾ
जी भेणों का भ्रा असा जना इस मौजूद से गंचोर इतना जनाब एक आदर साहब असें मिले माशाल्लाह जरा इन बड़ी दाड़ी मेहंदी शेंदी लाई उन्हें माशाल्लाह नौरानी चेहरा तो अस इन को पुछने इस ग्रहण हवाले ना सारी डिटेल कि जरा इधर तो जाने उस इतना ने रहायशी है तो सब तो पहले जगह अपना तारुफ करो अस जनाब गंचोर ही रहने क्रम से नाम आला जनाब जनाब ना पिया सदियां गुजरी गई जल्द पाकिस्तान हिंदुस्तान बनता सी ना जनाब चाली पंजा कार ठेकेदारी करने कट बदी करना हूं अपना अपना जरा धंधा चली पा ठेकेदारी करने माल मोशी है।